ਕਰ ਲਿਆ ਲੈ ਲਿਆ ਪਾਣੀ ਵਿੱਚ ਇਸ ਪੁਆਇੰਟ ਮਹਾਰਾਜ ਸਾਹਿਬ ਇਸ ਸਾਈਡ ਆ ਭਾਈ ਪੁੱਛੋ ਤੁਸੀਂ ਤਾਂ ਥੋੜਾ ਪਿੱਛੇ ਹੋ ਜੀ, ਇੱਕ ਮਿੰਟ ਇੱਕ ਮਿੰਟ ਪਿੱਛੇ ਹੋਇਆ ਜੀ, ਸਾਡੇ ਵੀਰੇ ਕੋਲ ਬੇਟਾ ਥੋੜਾ ਸਾਈਡ ਤੇ ਪੜ ਲਓ ਰਮਨ ਬੈਸੀ ਬਹੁਤ ਨੁਕਸਾਨ ਹੋਇਆ, ਨੁਕਸਾਨ ਫਸਲਾਂ ਦਾ ਜ਼ਿਆਦਾ ਹੋਇਆ, ਥੋੜੇ ਜਿਹੇ ਕਿਤੇ ਕਿਤੇ ਮੋਸਟਲੀ ਬਚ ਗਏ ਨੇ, ਪਾਣੀ ਥੋੜਾ ਨੀਚੇ ਆ ਗਿਆ। ਮੈਂ ਦਿੱਲੀ ਨੂੰ ਮੋਨੀਟਰ ਕਰ ਰਹੀ ਸੀ, ਪਿੰਡ ਵਾਲਿਆਂ ਵੀ ਬਹੁਤ ਸ਼ੁਕਰਾਨਾ ਹੈ ਕਿਉਂਕਿ ਇਹਨਾਂ ਨੇ ਆਪ ਹਿੰਮਤ ਕਰਕੇ ਰਾਤ ਰਾਤ ਬੈਠ ਕੇ ਪਹਿਰਾ ਦਿੱਤਾ, ਕੰਮ ਕੀਤਾ ਔਰ ਆਪਣੇ ਜਿਹੜੇ ਹੈਗੇ ਨੇ ਬਚਾਓ ਕੀਤਾ ਔਰ ਇਹਦੇ ਉੱਤੇ ਸਪੈਸ਼ਲ ਗੋਦਾਵਰੀ ਆਰਡਰ ਕੀਤੀ ਹੈ ਸੀ ਐਮ ਸਾਹਿਬ ਨੇ। ਤੋ ਇਹਦਾ ਹੁਣ ਇੱਕ
ਔਰ ਪਰਮਨੈਂਟ ਹੱਲ ਘੱਗਰ ਦਾ ਜਿਹੜਾ ਮੈਟਰ ਹੈ ਜਿਹੜਾ 5-10 ਸਾਲ ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਫਲੱਡ ਨਹੀਂ ਆਏ ਹੁਣ ਇੱਕ ਵਾਰੀ ਫਿਰ ਇਲਜ਼ਾਮ ਜ਼ਰੂਰ ਲਗਾਉਂਦੇ ਪਰ ਜਦ ਉਹਨਾਂ ਦੀ ਵਾਰੀ ਸੀ ਉਹਨਾਂ ਨੇ ਵੀ ਨਹੀਂ ਕੁਝ ਕੀਤਾ ਪਰ ਇਹ ਬਲੇਮ ਗੇਮ ਬੰਦ ਕਰਨੀ ਚਾਹੀਦੀ ਹੈ ਕਿਸੇ ਨੇ ਕੀ ਕੀਤਾ ਨਹੀਂ ਕੀਤਾ ਦੇਖੋ 2.5 ਸਾਲ ਚ ਤੁਸੀਂ ਵੀ ਨਹੀਂ ਕੀਤਾ ਦੇਖੋ 2.5 ਸਾਲ ਚ ਜੇ ਨਹੀਂ ਹੋਇਆ ਤਾਂ ਇਹ ਬੁਰੀ ਗੱਲ ਹੈ ਔਰ ਇਹਦੇ ਉੱਤੇ ਅਸੀਂ ਜ਼ਰੂਰ ਪੂਰੀ ਕੋਸ਼ਿਸ਼ ਕਰਾਂਗੇ ਕਿ ਇਸ ਤੇ ਐਕਸ਼ਨ ਲਈਏ ਔਰ ਇਹਦੇ ਉੱਤੇ ਅੱਗੇ ਨੂੰ ਨਾ ਇਹ ਜੀ ਗੱਲ ਮਾਨੀ ਸਾਹਿਬ ਇੱਕ ਮੇਰਾ ਸਵਾਲ ਹੈਗਾ ਹੁਣ ਤੁਸੀਂ ਸੰਸਦ ਦੇ ਵਿੱਚ ਹੈਗੇ ਕਿਉਂਕਿ ਮੁੱਦਾ ਜਿਹੜਾ ਹੈਗਾ ਘੱਗਰ ਦਾ ਤੇ ਹਰਿਆਣੇ ਦੇ ਨਾਲ ਜਿਹੜਾ ਹੈਗਾ ਇਹਦੇ ਵਿੱਚ ਪ੍ਰੋਬਲਮ ਆਉਂਦੀ ਹੈ ਇਸ ਨੂੰ ਸਦਨ ਦੇ ਵਿੱਚ ਇਸ ਨੂੰ ਚੱਕਿਆ ਜਾਊਗਾ ਸਦਨ ਦੇ ਵਿੱਚ ਤੇ ਮੈਂ ਕੱਲ ਹੀ ਆਪਣਾ ਨਾਂ ਦੇ ਕੇ ਆਈ ਹਾਂ 193 ਦੇ ਉੱਤੇ ਸਪੈਸ਼ਲ 3 ਘੰਟਿਆਂ ਦਾ ਬਹਿਸ ਔਨ ਡਰਾਊਟ ਔਰ ਫਲੱਡਸ ਸਪੀਕਰ ਨੇ ਅਲਾਓ ਕੀਤਾ ਮੈਂ ਕੱਲ ਨਾਂ ਦੇ ਕੇ ਆਈ ਹਾਂ ਮੈਂ ਆਪਣੇ ਇਲਾਕੇ ਦਾ ਘੱਗਰ ਦੇ ਫਲੱਡਸ ਦੇ ਉੱਤੇ ਇੱਕ ਆਖਰੀ ਸਵਾਲ ਮੇਰਾ ਵੀ ਹੋਗਾ ਐਮਪੀ ਲੈਟ ਫੰਡ ਦੇ ਵਿੱਚੋਂ ਵੀ ਕੁਝ ਮਦਦ ਜਿਹੜੀ ਹੈਗੀ ਹੈ ਨਾ ਪਿੰਡ ਵਾਸੀ ਵੀ ਕਰੀ ਜਾਂਦੇ ਹਾਂ ਕੋਈ ਐਮਪੀ ਲੈਟ ਫੰਡ ਨਹੀਂ ਆਇਆ ਥੋੜਾ ਟਾਈਮ ਲੱਗੂਗਾ ਇਹ ਕਿਉਂਕਿ ਗੁਰਪ੍ਰੀਤ ਕਾਂਗੜ ਕਹਿੰਦੇ ਸਾਡੇ ਕੋਲ ਫੰਡਸ ਹੀ ਨਹੀਂ ਹੈਗੇ ਉਹ ਪਹਿਲੇ ਹੱਥ ਖੜੇ ਕਰ ਰਹੇ ਹੈਗੇ ਦੇਖੋ ਫੰਡਸ ਨਹੀਂ ਹੈ ਇਹ ਨਬਾਰਡ ਜਾਂ ਕਿਤੋਂ ਆਣਗੇ ਵੱਡੇ ਫੰਡਸ ਨੇ ਇਹ ਇਸ ਤਰ੍ਹਾਂ ਨਹੀਂ ਹੋਊਗਾ ਇਹ ਵੱਡਾ ਪ੍ਰੋਜੈਕਟ ਹੈ ਇਹ ਸੈਂਟਰਲ ਵਾਟਰ ਕਮਿਸ਼ਨ ਦੇ ਥਰੂ ਹੋਊਗਾ ਔਰ ਇਹ ਹੋਊਗਾ ਇੰਟਰ ਸਟੇਟ ਤੇ ਤੁਸੀਂ ਵੀ ਮੰਨਦੇ ਹੋ ਕਿ ਸਰਕਾਰ ਕੋਲ ਫੰਡਸ ਨਹੀਂ ਹੈਗੇ ਦੇਖੋ ਮੈਂ ਵਿੱਤ ਮੰਤਰੀ ਨਹੀਂ ਹਾਂ ਨਾ ਮੈਂ ਸਰਕਾਰ 'ਚ ਹਾਂ ਨਾ ਮੈਨੂੰ ਪਤਾ ਕਿ ਮਾਲੀ ਹਾਲਤ ਕੀ ਹੈ ਸੋ ਮੈਂ ਇਹਦੇ ਉੱਤੇ ਕਮੈਂਟ ਨਹੀਂ ਕਰ ਸਕਦਾ ਪਰ ਕੀ ਪਰ ਇਹ ਹੈ ਕਿ ਇਹ ਫੰਡਸ ਜਿਹੜੇ ਫੰਡਸ ਨਾਲ ਹੀ ਕੰਮ ਹੋਊਗਾ ਤਾਂ ਇਹਦਾ ਕੋਈ ਹੱਲ ਕੱਢਣਾ ਪਊਗਾ ਸਰਕਾਰ ਦੇ ਥਰੂ ਸੈਂਟਰ ਦੇ ਥਰੂ ਬੈਠ ਕੇ ਇਹਦਾ ਕੱਢਾਂਗੇ ਚਲੋ ਧੰਨਵਾਦ ਇਹ ਤਾਂ ਸੀ ਸਾਡਾ ਮਹਾਰਾਣੀ ਪੰਨੀ ਕਾਰਜਨਾ ਨਹੀਂ ਹੈ ਕਿ ਜੇ 2.5 ਸਾਲ ਦੇ ਵਿੱਚ ਕੰਮ ਨਹੀਂ ਹੋਇਆ ਤਾਂ ਇਹ ਇੱਕ ਬੜੀ ਮਦਭਾਗੀ ਗੱਲ ਹੈਗੀ ਹੈ ਤੇ ਕਾਰਵਾਈ ਵੀ ਜਿਹੜੀ ਹੈਗੀ ਹੈ ਇਸ ਦੇ ਉੱਤੇ ਕੀਤੀ ਜਾਊਗੀ ਤੇ ਨਾਲ ਹੀ ਮੈਨੇ ਕਿਹਾ ਕਿ ਸੰਸਦ ਦੇ ਵਿੱਚ ਵੀ ਆਵਾਜ਼ ਜਿਹੜੀ ਹੈ ਇਸ ਦੇ ਉੱਤੇ ਚੱਕੀ ਜਾਊਗੀ ਇਹ ਹੈ ਸਵੇਰੇ ਤੋਂ 7 ਕਿਲੋਮੀਟਰ ਜਾ ਕੇ ਹਰਿਆਣੇ ਦਾ ਪਿੰਡ ਕੁੱਟੀਆਂ ਪੈ ਜਾਂਦਾ ਉੱਥੇ 3 ਦਰਿਆ ਇਕੱਠੇ ਹੋ ਗਏ ਨਾ ਜੀ ਬਲੋਕਿੰਗ ਮਾਰ ਜਾਂਦਾ ਜਿੰਨੀ ਦੇਰ ਪਾਣੀ ਲੈ ਜੀ ਬਣਦੇ ਘੱਗਰ 'ਚ ਪੈ ਜਾ ਕੇ ਫਿਰ ਪਾਣੀ ਫਿਰ ਪਾਣੀ ਲੱਗ ਜਾਏਗਾ ਅਸਲ 'ਚ ਮੈਂ ਤਾਂ ਇਹ ਵੀ ਸੋਚ ਲਈ ਕਿ ਇਹਦੇ ਬਾਅਦ ਨਾ ਠੀਕ ਹੈ ਗੱਲ ਪਟਿਆਲਾ ਇੱਧਰ ਪਟਿਆਲਾ ਤੋਂ ਸੰਸਦ ਜੀ ਦੇਖਿਓ ਪ੍ਰਨੀਤ ਕੌਰ ਜੀ ਅੱਜ ਦੌਰੇ ਦੇ ਉੱਤੇ ਨੇ ਭਾਈ ਹੋਏ ਇੱਧਰ ਮੈਮ ਤੁਸੀਂ ਦੌਰਾ ਕਰ ਰਹੇ ਹੈਗੇ ਹੋ ਭਾਈ ਹੋਏ ਹੋਏ ਕਿ ਤੁਹਾਨੂੰ ਆ ਰਹੀ ਹੋਊਗੀ ਕੀ ਹਾਲਾਤ ਕੀ ਹੈਗੇ ਨੇ ਹੁਣ ਪਟਿਆਲਾ ਦੇ ਦੇਖੋ ਬਹੁਤ ਨੁਕਸਾਨ ਹੋਇਆ ਨੁਕਸਾਨ ਫਸਲਾਂ ਦਾ ਜ਼ਿਆਦਾ ਹੋਇਆ ਪਿੰਡ ਥੋੜੇ ਜੇ ਕਿਤੇ ਕਿਤੇ ਮੋਸਟਲੀ ਬਚ ਗਏ ਨੇ ਪਾਣੀ ਥੋੜਾ ਨੀਚੇ ਆ ਗਿਆ ਮੈਂ ਦਿੱਲੀ ਨੂੰ ਮੋਨੀਟਰ ਕਰਦੀ ਸੀ ਸਾਡੇ ਇੱਥੇ ਰਿਪ੍ਰੈਜ਼ੈਂਟੇਟਿਵ ਨੇ ਸਾਰੇ ਇਹਨਾਂ ਨੇ ਪਿੰਡ ਵਾਲਿਆਂ ਵੀ ਬਹੁਤ ਸ਼ੁਕਰਾਨਾ ਹੈ ਕਿਉਂਕਿ ਇਹਨਾਂ ਨੇ ਆਪ ਹਿੰਮਤ ਕਰਕੇ ਰਾਤ ਰਾਤ ਬੈਠ ਕੇ ਪਹਿਰਾ ਦਿੱਤਾ ਕੰਮ ਕੀਤਾ ਔਰ ਆਪਣੇ ਜਿਹੜੇ ਹੈਗੇ ਨੇ ਬਚਾਓ ਕੀਤਾ ਔਰ ਇਹਦੇ ਉੱਤੇ ਸਪੈਸ਼ਲ ਗੋਦਾਵਰੀ ਆਰਡਰ ਕੀਤੀ ਹੈ ਸੀ ਐੱਮ ਸਾਹਿਬ ਨੇ ਤੋ ਇਹਦਾ ਹੁਣ ਇੱਕ ਹੋਰ ਪਰਮਨੈਂਟ ਹੱਲ ਘੱਗਰ ਦਾ ਜਿਹੜਾ ਮੈਟਰ ਹੈ ਜਿਹੜਾ 5-10 ਸਾਲ ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਫਲੱਡ ਨਹੀਂ ਆਏ ਹੁਣ ਇੱਕ ਵਾਰੀ ਫਿਰ ਇਸ ਦਾ ਜਿਹੜਾ ਰਿਵਰ ਆਫ ਸੋਰੋ ਕਹਿੰਦੇ ਆ ਫਿਰ ਚੱਲ ਪਿਆ ਪਰ ਸਰ ਜਿਸ ਤਰੀਕੇ ਨਾਲ ਪਾਣੀ ਦਾ ਬਹਾਵ ਤੇਜ਼ ਹੈ ਉਸ ਤਰੀਕੇ ਨਾਲ ਸਿਆਸਤ ਵੀ ਤੇਜ਼ ਹੋ ਚੁੱਕੀ ਹੈਗੀ ਹੈ ਤੁਹਾਡੇ ਉੱਤੇ ਇਲਜ਼ਾਮ ਲੱਗ ਰਹੇ ਕਿ ਕਹਿੰਦੇ 2.5 ਸਾਲ ਦੇ ਵਿੱਚ ਤੁਸੀਂ ਕੁਛ ਨਹੀਂ ਕੀਤਾ ਘੱਗਰ ਨੂੰ ਜਿਹੜਾ ਸੀਗੇ ਬੰਨ ਸੀਗੇ ਉਹ ਪੱਕੇ ਕਰਵਾਏ ਜਾ ਸਕਦੇ ਸੀਗੇ ਅਕਾਲੀ ਦਲ ਇਹ ਇਲਜ਼ਾਮ ਲਗਾ ਰਿਹਾ ਹੈਗਾ ਤੁਹਾਡੇ ਦੇਖੋ ਉਹਨਾਂ ਦਾ ਰੋਲ ਹੀ ਹੈ ਇਲਜ਼ਾਮ ਲਗਾਉਣਾ
ਔਰ ਇਹ ਜਦ ਵੀ ਕੋਈ ਕੰਮ ਹੁੰਦਾ ਇਲਜ਼ਾਮ ਜ਼ਰੂਰ ਲਗਾਉਂਦੇ, ਪਰ ਜਦ ਉਹਨਾਂ ਦੀ ਵਾਰੀ ਸੀ ਉਹਨਾਂ ਨੇ ਵੀ ਨਹੀਂ ਕੁਛ ਕੀਤਾ। ਪਰ ਇਹ ਬਲੇਮ ਗੇਮ ਬੰਦ ਕਰਨੀ ਚਾਹੀਦੀ ਹੈ, ਕਿਸੇ ਨੇ ਕੀ ਕੀਤਾ ਨਹੀਂ ਕੀਤਾ। ਬਟ ਤੁਸੀਂ ਮੰਨਦੇ ਹੋ ਕਿ 2.5 ਸਾਲ 'ਚ ਤੁਸੀਂ ਵੀ ਨਹੀਂ ਕੀਤਾ? ਦੇਖੋ 2.5 ਸਾਲ 'ਚ ਜੇ ਨਹੀਂ ਹੋਇਆ ਤਾਂ ਇਹ ਬੁਰੀ ਗੱਲ ਹੈ, ਔਰ ਇਹਦੇ ਉੱਤੇ ਅਸੀਂ ਜ਼ਰੂਰ ਪੂਰੀ ਕੋਸ਼ਿਸ਼ ਕਰਾਂਗੇ ਕਿ ਇਸ 'ਤੇ ਐਕਸ਼ਨ ਲਈਏ ਔਰ ਇਹਦੇ ਉੱਤੇ ਅੱਗੇ ਨੂੰ ਨਾ ਇਹੋ ਜਿਹੀ ਗੱਲ। ਮਾਨੀ ਸਾਹਿਬ ਇੱਕ ਮੇਰਾ ਸਵਾਲ ਹੈਗਾ, ਹੁਣ ਤੁਸੀਂ ਸੰਸਦ ਦੇ ਵਿੱਚ ਹੈਗੇ, ਕਿਉਂਕਿ ਮੁੱਦਾ ਜਿਹੜਾ ਹੈਗਾ ਘੱਗਰ ਦਾ ਅਤੇ ਹਰਿਆਣੇ ਦੇ ਨਾਲ ਜਿਹੜਾ ਹੈਗਾ ਇਹਦੇ ਵਿੱਚ ਪ੍ਰੋਬਲਮ ਆਉਂਦੀ ਹੈ, ਇਸ ਨੂੰ ਸਦਨ ਦੇ ਵਿੱਚ ਇਸ ਨੂੰ ਚੱਕਿਆ ਜਾਊਗਾ ਸਦਨ ਦੇ ਵਿੱਚ? ਮੈਂ ਕੱਲ੍ਹ ਹੀ ਆਪਣਾ ਨਾਂ ਦੇ ਕੇ ਆਈ ਹਾਂ 193 ਦੇ ਉੱਤੇ ਸਪੈਸ਼ਲ 3 ਘੰਟਿਆਂ ਦਾ ਬਹਿਸ ਔਨ ਡਰਾਊਟ ਔਰ ਫਲੱਡਸ ਸਪੀਕਰ ਨੇ ਅਲਾਓ ਕੀਤਾ। ਮੈਂ ਕੱਲ ਨਾਂ ਦੇ ਕੇ ਆਈ ਹਾਂ, ਮੈਂ ਆਪਣੇ ਇਲਾਕੇ ਦਾ ਘੱਗਰ ਦੇ ਫਲੱਡਸ ਦੇ ਉੱਤੇ ਇੱਕ ਆਖਰੀ ਸਵਾਲ ਮੇਰਾ ਵੀ ਹੋਗਾ, ਐਮਪੀ ਲੈਟ ਫੰਡ ਦੇ ਵਿੱਚੋਂ ਵੀ ਕੁਝ ਮਦਦ ਜਿਹੜੀ ਹੈਗੀ ਹੈ ਨਾ ਪਿੰਡ ਵਾਸੀ ਦੀ ਕਿਹਦੀ ਜਾਂਦੀ? ਹਲੇ ਕੋਈ ਐਮਪੀ ਲੈਟ ਫੰਡ ਨਹੀਂ ਆਇਆ, ਹਲੇ ਥੋੜਾ ਟਾਈਮ ਲੱਗੂਗਾ। ਇਹ ਕਿਉਂਕਿ ਗੁਰਪ੍ਰੀਤ ਕਾਂਗੜ ਕਹਿੰਦੇ ਸਾਡੇ ਕੋਲ ਫੰਡਸ ਹੀ ਨਹੀਂ ਹੈਗੇ, ਉਹ ਪਹਿਲੇ ਹੱਥ ਖੜੇ ਕਰ ਰਹੇ ਹੈਗੇ। ਦੇਖੋ ਫੰਡਸ ਨਹੀਂ ਹੈ, ਇਹ ਨਬਾਰਡ ਜਾਂ ਕਿਤੋਂ ਆਣਗੇ, ਵੱਡੇ ਫੰਡਸ ਨੇ। ਇਹ ਇਸ ਤਰ੍ਹਾਂ ਨਹੀਂ ਹੋਊਗਾ, ਇਹ ਵੱਡਾ ਪ੍ਰੋਜੈਕਟ ਹੈ, ਇਹ ਸੈਂਟਰਲ ਵਾਟਰ ਕਮਿਸ਼ਨ ਦੇ ਥਰੂ ਹੋਊਗਾ ਔਰ ਇਹ ਹੋਊਗਾ ਇੰਟਰਸਟੇਟ। ਤੇ ਤੁਸੀਂ ਵੀ ਮੰਨਦੇ ਹੋ ਕਿ ਸਰਕਾਰ ਕੋਲ ਫੰਡਸ ਨਹੀਂ ਹੈਗੇ? ਦੇਖੋ ਮੈਂ ਵਿੱਤ ਮੰਤਰੀ ਨਹੀਂ ਹਾਂ, ਨਾ ਮੈਂ ਸਰਕਾਰ 'ਚ ਹਾਂ, ਨਾ ਮੈਨੂੰ ਪਤਾ ਕਿ ਮਾਲੀ ਹਾਲਤ ਕੀ ਹੈ, ਸੋ ਮੈਂ ਇਹਦੇ ਉੱਤੇ ਕਮੈਂਟ ਨਹੀਂ ਕਰ ਸਕਦਾ। ਪਰ ਇਹ ਹੈ ਕਿ ਇਹ ਫੰਡਸ ਜਿਹੜੇ ਫੰਡਸ ਨਾਲ ਹੀ ਕੰਮ ਹੋਊਗਾ ਤਾਂ ਇਹਦਾ ਕੋਈ ਹੱਲ ਕੱਢਣਾ ਪਊਗਾ, ਸਰਕਾਰ ਦੇ ਥਰੂ ਸੈਂਟਰ ਦੇ ਥਰੂ ਬੈਠ ਕੇ ਇਹਦਾ ਕੱਢਾਂਗੇ। ਚਲੋ ਧੰਨਵਾਦ, ਇਹ ਤਾਂ ਅਸੀਂ ਸਾਡਾ ਮਹਾਰਾਣੀ ਪਰਨੀਤ ਕੌਰ ਜੀ ਨੇ ਇਹ ਹੈ ਕਿ ਜੇ 2.5 ਸਾਲ ਦੇ ਵਿੱਚ ਕੰਮ ਨਹੀਂ ਹੋਇਆ ਤਾਂ ਇਹ ਇੱਕ ਬੜੀ ਮੰਦਭਾਗੀ ਗੱਲ ਹੈਗੀ ਹੈ ਅਤੇ ਕਾਰਵਾਈ ਵੀ ਜਿਹੜੀ ਹੈਗੀ ਹੈ ਇਸ ਉੱਤੇ ਕੀਤੀ ਜਾਊਗੀ, ਅਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਸੰਸਦ ਦੇ ਵਿੱਚ ਵੀ ਆਵਾਜ਼ ਜਿਹੜੀ ਹੈ ਇਸ ਦੇ ਉੱਤੇ ਚੱਕੀ ਜਾਊਗੀ।